ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਹਨ, ਕਿਉਂਕਿ ਸਾਨੂੰ ਜਬਰੀ ਜਿਹੜਾ RSS ਨੇ ਗਤਕਾ ਮਤਲਬ ਚਾਹੁੰਦੀ ਹੈ ਵੀ ਯੋਗਾ ਕਰਵਾਇਆ ਜਾਵੇ। ਸੋ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸੋਚ ਹੈ ਵੀ ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਤਕਾ ਸ਼ੁਰੂ ਕੀਤਾ ਸੀਗਾ ਉਹਦੇ ਸੰਬੰਧ ਵਿੱਚ ਉਹਨੇ ਕਿਹਾ ਵੀ ਸਾਡੇ ਕੋਲ ਬਹੁਤ ਮਹਾਨ ਇੱਕ ਗਤਕਾ ਹੈ ਔਰ ਜਿਹੜੇ ਘੋਲ ਕਰਾਏ ਜਾਂਦੇ ਸਨ, ਜਿਹੜੇ ਦੌੜਾਂ ਕਰਾਈਆਂ ਸਨ ਜਾਈਆਂ ਸੀਗੀਆਂ, ਉਹਦੇ ਮੁਤਾਬਕ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਕਰੇਗਾ। ਅਸੀਂ ਕਿਸੇ ਯੋਗਾ ਨੂੰ ਨਹੀਂ ਮੰਨਦੇ, ਜਿਹਨੇ ਕਰਨਾ ਆਪਣੇ ਕਰੀ ਜਾਣ, ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਹੈ ਉਹ ਹਮੇਸ਼ਾ ਗੁਰੂ ਸਾਹਿਬ ਦੇ ਸਿਧਾਂਤਾਂ 'ਤੇ ਚੱਲਦੀ ਰਹੇਗੀ ਤਾਂ ਉਹਦੇ ਚੱਲਦੀ ਰਹੇਗੀ। ਅਤੇ ਇਹ ਸਾਰਾ ਪ੍ਰੋਗਰਾਮ ਅੱਜ ਜ਼ਿਲ੍ਹਾ ਪਟਿਆਲਾ ਦਿਹਾਤੀ ਵੱਲੋਂ ਇੱਥੋਂ ਅਤੇ ਸ਼ਹਿਰੀ ਵੱਲੋਂ ਸਾਰੇ ਜ਼ਿਲ੍ਹੇ ਵੱਲੋਂ ਕਰਵਾਇਆ ਜਾ ਰਿਹਾ ਹੈ, ਜੋ ਕਿ ਜਿਸ ਵਿੱਚ ਪ੍ਰੋਫੈਸਰ ਰਮਿੰਦਰ ਸਾਹਿਬ ਪਾਲ ਸਿੰਘ ਜੀ ਵੀ ਅਤੇ ਹਰਭਜਨ ਸਿੰਘ ਕਸ਼ਮੀਰੀ ਜੀ ਵੀ ਹਾਜ਼ਰੀ ਲਵਾ ਕੇ ਗਏ ਹਨ ਅਤੇ ਸਾਰੇ ਆਪਣੇ ਸਮਾਣਾ ਪਾਤਣਾ ਅਤੇ ਕੜਾਮ ਸਨੌਰ ਕਨੌਰ ਰਾਜਪੁਰਾ ਇਹ ਸਾਰੇ ਜ਼ਿਲ੍ਹੇ ਵਿੱਚੋਂ ਇੱਥੇ ਸੰਗਤਾਂ ਆਈਆਂ ਨੇ ਅਤੇ ਬਹੁਤ ਭਰਪੂਰ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਦੀ ਹਾਜ਼ਰੀ ਲੱਗ ਰਹੀ ਹੈ। ਤਕਰੀਬਨ ਇਹਦੇ ਵਿੱਚ 6-7 ਜਥੇ ਜਿਹੜੇ ਗਤਕੇ ਦੇ ਆਏ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਕਿ ਜੋਰ ਦਿਖਾ ਰਹੇ ਹਨ ਸੰਗਤਾਂ ਨੂੰ ਅਤੇ ਇਹ ਲਗਾਤਾਰ ਪ੍ਰੋਗਰਾਮ ਚੱਲਦਾ ਰਹਿਣਾ ਹੈ। ਸੋ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਮੇਸ਼ਾ ਹਰ ਸਾਲ ਜਿਹੜਾ ਉਹ 21 ਜੂਨ ਨੂੰ ਕੀਤਾ ਜਾਂਦਾ ਹੈ, ਕਿਉਂਕਿ ਜਿਹੜਾ 21 ਜੂਨ ਹੈ ਅਸੀਂ ਇਹਦਾ ਕੌਮਾਂਤਰੀ ਤੌਰ 'ਤੇ ਗਤਕਾ ਦਿਵਸ ਮਨਾਉਂਦੇ ਹਾਂ ਅਤੇ ਹਮੇਸ਼ਾ ਮਨਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।